来个绿方。ਸਰਦਾਰ ਸੁਖੀ ਸਿੰਘ ਸਾਰੇ ਹੱਥ ਖੜੇ ਕਰਕੇ ਨਾਲ ਆਣਾ ਸਰਦਾਰ ਸੁਖੀ ਸਿੰਘ ਸਰਦਾਰ ਪ੍ਰਕਾਸ਼ ਸਿੰਘ ਸ੍ਰੀ ਨਰਿੰਦਰ ਮੋਦੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੁਣ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਨੂੰ ਕਿ ਆਓ ਤੇ ਸੰਗਤਾਂ ਦੇ ਰੂਪ ਨੂੰ ਆਓ ਸਰਦਾਰ ਸੁਖੀ ਸਿੰਘ ਜੀ ਬਾਦਲ ਸਾਹਿਬ ਵੋਟਾਂ ਦਾ ਸਿਲਸਿਲਾ ਕੋਈ ਪਹਿਲੀ ਵਾਰ ਨਹੀਂ ਆਇਆ ਤੁਹਾਡੇ ਕੋਲੇ ਇੱਕ ਹੱਕ ਹੈ ਆਪਣੇ ਪ੍ਰਧਾਨ ਮੰਤਰੀ ਚੁਣਨ ਦਾ ਮੁੱਖ ਮੰਤਰੀ ਚੁਣਨ ਦਾ ਚੰਗਾ ਪ੍ਰਧਾਨ ਮੰਤਰੀ ਹੋਏ ਦੇਸ਼ ਨੂੰ ਤਰੱਕੀ ਲੈ ਜਾਂਦਾ ਤੇ ਚੰਗਾ ਮੁੱਖ ਮੰਤਰੀ ਹੋਏ ਸੂਬੇ ਨੂੰ ਤਰੱਕੀ ਤੇ ਲੈ ਜਾਂਦਾ ਜੇ ਗਲਤ ਫੈਸਲਾ ਹੋ ਜਾਏ ਕੋਈ ਮਾੜਾ ਮੁੱਖ ਮੰਤਰੀ ਬਣ ਜਾਏ ਸੂਬਾ ਉੱਥੇ ਪਿੱਛੇ ਹਟ ਜਾਂਦਾ ਤੁਹਾਡੇ ਸਾਹਮਣੇ ਪਿਛਲੇ 70 ਸਾਲਾਂ ਦੀ ਮਿਸਾਲ 70 ਸਾਲਾਂ ਵਿੱਚੋਂ ਤਕਰੀਬਨ 50 ਸਾਲ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ ਕੀ ਉਹਨਾਂ ਨੇ ਤਰੱਕੀ ਕੀਤੀ ਹੈ ਕੀ ਉਹ ਦੇਸ਼ ਨੂੰ ਅੱਗੇ ਲੈ ਕੇ ਗਏ ਆਪਾਂ ਜੇ ਮੈਰਿਟ ਤੇ ਗੱਲ ਕਰੀਏ ਤੇ ਤੁਹਾਨੂੰ ਇੱਕ ਗੱਲ ਸਾਹਮਣੇ ਆਊਗੀ ਕਾਂਗਰਸ ਖਤਮ ਹੋ ਰਹੀ ਹੈ ਪਾਰਟੀ ਕਿਉਂ ਖਤਮ ਹੋ ਰਹੀ ਹੈ ਕਿਉਂਕਿ ਲੋਕੀ ਪਛਾਣਨ ਲੱਗ ਗਏ ਕਾਂਗਰਸ ਪਹਿਲੇ ਬਿਹਾਰ ਉੱਤਰ ਪ੍ਰਦੇਸ਼ ਜਿੱਥੋਂ ਤਕਰੀਬਨ 130 MP ਨਿਕਲਦੇ ਸੀ 130 ਵਿੱਚੋਂ 125 ਕਾਂਗਰਸ ਦੇ ਹੁੰਦੇ ਸੀ ਅੱਜ 125 ਦੀਆਂ ਅੱਜ 132 ਦੀਆਂ ਤੋਂ ਮਸਾਂ 5-6 ਕਾਂਗਰਸ ਦੇ ਹੁੰਦੇ ਆ ਕਾਰਨ ਲੋਕੀ ਜਾਣਦੇ ਕਾਂਗਰਸ ਅੱਜ ਟਾਂਗੀ ਟਾਂਗੀ ਜਗ੍ਹਾ ਤੇ ਕਾਂਗਰਸ ਦਾ ਝੰਡਾ ਹੈ ਮੈਂ ਤਾਂ ਹੈਰਾਨ ਹੈ ਕਿ ਪੰਜਾਬ ਚ ਕਿਉਂ ਹਲੇ ਕਾਂਗਰਸ ਬਚੀ ਹੈ ਤੁਸੀਂ ਕੱਲ ਦੇਖੋ ਪਿਛਲੇ 25 ਸਾਲ ਦਾ ਪੰਜਾਬ ਦਾ ਸਾਹ ਦੇਖੋ ਉਹਦੇ ਚ 5 ਸਾਲ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਆਇਆ 25 ਸਾਲਾਂ ਉਦੋਂ ਹੀ ਕੰਮ ਠੱਪ ਹੋਇਆ ਪਿਛਲੇ 5 ਸਾਲ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਇੱਕ ਵੀ ਨਿਸ਼ਾਨੀ ਤੁਸੀਂ ਕੈਪਟਨ ਸਰਕਾਰ ਦੀ ਨਹੀਂ ਯਾਦ ਕਰ ਸਕਦੇ ਨਾ ਕੋਈ ਪੁੱਲ ਨਾ ਕੋਈ ਸੜਕ ਨਾ ਕੋਈ ਛੋਟੀ ਚੀਜ਼ ਵੀ ਮੈਂ ਜਦੋਂ ਅਸੈਂਬਲੀ ਵਿੱਚ ਸੀ ਬਜਟ ਤੇ ਡਿਬੇਟ ਚੱਲ ਰਹੀ ਸੀ ਲਾਲ ਸਿੰਘ ਵਰਗੇ ਸਾਰੇ ਮੰਤਰੀ ਬੈਠੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਹਾ ਕੈਪਟਨ ਸਾਹਿਬ 2002 ਤੋਂ 2007 ਤੱਕ ਮੁੱਖ ਮੰਤਰੀ ਸੀ ਮੈਨੂੰ 5 ਚੀਜ਼ਾਂ ਗਿਣਾ ਦਿਓ ਜਿਹੜੀਆਂ ਕੈਪਟਨ ਸਾਹਿਬ ਨੇ ਕੀਤੀਆਂ 50-5 ਸਾਲਾਂ ਚ ਲਾਲ ਸਿੰਘ ਬੀਬੀ ਭੱਟਲ ਨੂੰ ਪੁੱਛਣ ਲੱਗਿਆ ਦੱਸੋ ਕਿਹੜੀਆਂ 5 ਚੀਜ਼ਾਂ ਨਹੀਂ ਦੱਸ ਸਕੇ ਮੈਂ ਕਿਹਾ ਫਿਰ 4 ਦੱਸ ਦਿਓ 4 ਨਹੀਂ ਦੱਸ ਸਕੇ ਮੈਂ ਕਿਹਾ ਚਲੋ 3 ਦੱਸ ਦਿਓ ਤਿੰਨ ਨਹੀਂ ਦੱਸ ਸਕੇ ਮੈਂ ਅਖੀਰ ਚ ਕਿਹਾ ਕਿ 1 ਹੀ ਦੱਸ ਦਿਓ 1 ਵੀ ਖੁਸਰ ਖੁਸਰ ਕਰਦੇ ਰਹੇ ਫਿਰ ਆਪਣਾ ਚੰਨੀ ਖੜਾ ਹੋ ਗਿਆ ਕਹਿੰਦਾ ਜੀ ਹਾਂ ਕੀਤਾ ਕੰਮ ਮੈਂ ਕਿਹਾ ਪਤਾ ਕੀ ਬੰਬ ਸਿੱਟਿਆ ਹੋਣਾ ਕਹਿੰਦੇ ਅਸੀਂ ਸੜਕਾਂ ਤੇ ਪੈਚ ਲਾਏ ਆ ਪੈਚ ਵਰ ਕਰਤਾ ਸੜਕਾਂ ਤੇ ਪੈਚ ਲਾਇਆ ਮੈਂ ਕਿਹਾ ਤੁਹਾਡੇ ਸਾਰਿਆਂ ਦੇ ਦਿਮਾਗ ਚ ਪੈਚ ਲੱਗੇ ਗਿਆ ਤੁਸੀਂ ਦੇਖ ਲਓ ਪੰਜਾਬ ਚਾਰੋਂ ਤਰਫ ਦੇਖੋ ਜੋ ਕੁਛ ਵੀ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਜਾਂ ਬਾਦਲ ਸਾਹਿਬ ਮੁੱਖ ਮੰਤਰੀ ਜਿੰਨੇ ਥਰਮਲ ਪਲਾਂਟ ਪੰਜਾਬ ਦੇ ਬਣੇ ਆ ਬਾਦਲ ਸਾਹਿਬ ਨੇ ਬਣਾਏ ਆ ਜਿੰਨੇ ਏਅਰਪੋਰਟ ਪੰਜਾਬ ਦੇ ਬਣੇ ਆ ਬਾਦਲ ਸਾਹਿਬ ਨੇ ਬਣਾਏ ਆ ਜਿੰਨੀਆਂ ਸੜਕਾਂ ਦੇਖ ਲਓ ਬਾਦਲ ਸਾਹਿਬ ਨੇ ਬਣਾਏ ਆ ਜਿੰਨੀ ਡਿਵੈਲਪਮੈਂਟ ਤੁਸੀਂ ਆਪਣਾ ਦੇਖ ਲਓ 2 ਸਾਲ ਹੋ ਗਏ ਕਾਂਗਰਸ ਦੇ ਰਾਜ ਆਏ ਨੂੰ ਇੱਕ ਫਾਜ਼ਿਲਕਾ ਦੀ ਲੱਗੀ ਤੇ ਪਿਛਲੇ 5 ਸਾਲ ਦੇਖ ਲਓ ਕਿੰਨੀਆਂ ਚੀਜ਼ਾਂ ਫਾਜ਼ਿਲਕਾ ਚ ਲੱਗੀਆਂ ਆ ਮੈਂ ਜਾਨੀ ਸਾਹਿਬ ਜਦੋਂ ਵੀ ਮੇਰੇ ਕੋਲੇ ਆਉਂਦੇ ਸਟੇਡੀਅਮ ਚਾਹੀਦਾ ਮੈਂ ਚੱਕੋ ਸਟੇਡੀਅਮ ਇੱਥੇ ਜ਼ਿਲ੍ਹਾ ਬਣਾਉਣਾ ਬਣਾ ਲਓ ਜ਼ਿਲ੍ਹਾ ਦਫ਼ਤਰ ਬਣਾ ਲਏ ਮਤਲਬ ਪਤਾ ਨਹੀਂ ਕੀ ਕੀ ਹੋਰ ਕੰਮ ਕਈ ਕਈ ਚੀਜ਼ਾਂ ਮੇਰਾ ਕਸੂਰ ਅਸੀਂ ਜੋ ਕਹਿੰਦੇ ਕਰਦੇ ਹਾਂ ਮੈਨੂੰ ਯਾਦ ਹੈ ਮੈਂ ਕਿਤੋਂ ਕਿਹਾ ਬਿਜਲੀ ਆਪੋ ਆਪ ਕਰ ਦੂੰਗਾ ਲੋਕੀ ਕਹਿੰਦੇ
ਕੀ ਨਹੀਂ ਹੈ ਗੱਲਾਂ ਮਾਰਦੇ ਆ। ਪੰਜ ਸਾਲਾਂ ਚ ਬਿਜਲੀ ਆਮ ਕਰਤੀ 25,000 ਕਰੋੜ ਦੇ ਥਰਮਲ ਪਲਾਂਟ ਲਾ ਦੇ। ਜੇ ਮੈਂ ਕਿਹਾ ਸੜਕਾਂ ਦੀ ਜਾਲ ਮਚਾ ਦੂ, ਤੁਸੀਂ ਦੇਖ ਲਓ 4 ਤੇ 6 ਲੇਨ ਦੀਆਂ ਸੜਕਾਂ ਕਿਵੇਂ ਪੰਜਾਬ ਚ ਬਣਾ ਦੀਆਂ। ਭਾਵੇਂ 25,000 ਕਰੋੜ ਲੱਗਿਆ ਸੀ, ਕਿਤੇ ਖਜ਼ਾਨਾ ਖਾਲੀ ਦੀ ਗੱਲ ਕੀਤੀ। ਗਰੀਬਾਂ ਨੂੰ ਹਰ ਕਿਸਮ ਦੀ ਸਹੂਲਤ ਸੀ, ਪੈਨਸ਼ਨ ਸਹੀ ਟਾਈਮ ਤੇ ਆਉਂਦੀ, ਸ਼ਗਨ ਮਿਲਦਾ ਸੀ, ਆਟਾ ਦਾਲ ਮੁਫ਼ਤ ਸੀ, ਲੜਕੀਆਂ ਨੂੰ 10ਵੀਂ ਸਾਈਕਲ ਆਉਂਦੇ ਸੀ, 200 ਯੂਨਿਟ ਬਿਜਲੀ ਦੇ ਮਾਫ਼ ਸੀ, ਏਸੀ ਬੱਚਿਆਂ ਨੂੰ ਸਕਾਲਰ ਚ ਪੂਰੀ ਮਿਲਦੀ ਸੀ, ਕਾਲਜਾਂ ਨੂੰ ਮੁਫ਼ਤ ਪੜ੍ਹਾਉਂਦੇ ਸੀ, ਮੁੱਖ ਮੰਤਰੀ ਤੀਰਥ ਯਾਤਰਾ ਖੋਲ੍ਹੀ ਸੀ, ਸੇਵਾ ਕੇਂਦਰ ਖੋਲ੍ਹੇ ਸੀ। ਪਰ ਕੈਪਟਨ ਆਇਆ, ਸਾਰਾ ਕੁਛ ਹੀ ਬੰਦ। ਅੱਜ ਦੀ ਤਰੀਕ 14-12-1300 ਕਰੋੜ ਰੁਪਇਆ 2 ਸਾਲਾਂ ਦੀ ਬਜ਼ੁਰਗਾਂ ਦੀ, ਮਾਤਾ ਦੀ, ਵਿਧਵਾ ਦੀ ਪੈਨਸ਼ਨ ਨਹੀਂ ਦਿੱਤੀ, 200 ਕਰੋੜ ਰੁਪਇਆ ਛੱਡਣ ਨਹੀਂ ਦਿੱਤਾ। ਅੱਜ ਅਸੀਂ ਭਾਈਚਾਰੇ 200 ਯੂਨਿਟ ਬਿਜਲੀ ਦੇ ਮਾਫ਼ ਕਰਦੇ ਸੀ, ਇਹਨੇ ਬੰਦ ਕਰਤਾ, ਹੁਣ 20,000 ਦੇ ਬਿੱਲ ਆ ਗਏ। ਐਸੀ ਸਕਾਲਰਸ਼ਿਪ 7 ਲੱਖ ਐਸੀ ਬੱਚਿਆਂ ਨੂੰ ਅਸੀਂ ਮੁਫ਼ਤ ਪੜ੍ਹਾਉਂਦੇ ਸੀ ਕਾਲਜਾਂ, ਕੈਪਟਨ ਨੇ 2 ਸਾਲਾਂ 1400 ਕਰੋੜ ਦਿੱਤਾ ਹੀ ਨਹੀਂ, ਅੱਜ ਸਾਰੇ ਕਾਲਜਾਂ ਚੋਂ ਕੱਟ ਦਿੱਤਾ ਬਾਹਰ। ਭਾਵੇਂ ਜਿਹੜੇ ਜਿੰਮ ਖੇਡਾਂ ਦਾ ਸਮਾਨ, ਵਰਲਡ ਕੱਪ, ਤੁਹਾਡੀ ਸੇਵਾ ਖੇਤਰ ਸਾਰੇ ਬੰਦ ਕਰ ਦਿੱਤੇ। 1 ਰੁਪਿਆ ਗ੍ਰਾਂਟ ਨਹੀਂ ਆਈ। ਤੁਸੀਂ ਪੂਰੇ ਪੰਜਾਬ ਦੇਖ ਲਓ, ਪਹਿਲਾ ਮੁੱਖ ਮੰਤਰੀ ਹੈ ਜਿਹੜਾ ਦਿਖਾਈ ਨਹੀਂ ਦਿੰਦਾ। ਬਾਦਲ ਸਾਹਿਬ ਮੁੱਖ ਮੰਤਰੀ ਸੀ, ਅਖਬਾਰ ਪੜ੍ਹਦੇ ਸੀ, ਅਖਬਾਰ ਪੜ੍ਹਦੇ ਅੱਜ ਬਾਦਲ ਸਾਹਿਬ ਗੁਰਦਾਸਪੁਰ ਹੈ, ਕੋਈ ਕਾਲਜ ਦਾ ਨਹੀਂ ਪੁੱਤ ਰੱਖ ਰਿਹਾ, ਕਿਤੇ ਯੂਨੀਵਰਸਿਟੀ ਬਣਾ ਰਿਹਾ, ਕਿਤੇ ਫੈਕਟਰੀ ਲਾ ਰਿਹਾ, ਕਿਤੇ ਕੁਛ ਕਰ ਰਿਹਾ, ਕੁਛ ਕਰ ਰਿਹਾ। ਇੱਥੇ ਦੇ 2 ਸਾਲ ਕੁਛ ਵੀ ਨਹੀਂ। ਇਸ ਕਰਕੇ ਮੈਂ ਬੇਨਤੀ ਕਰਨ ਆਇਆ, ਇਹ ਫੈਸਲਾ ਦੇਸ਼ ਦਾ ਪ੍ਰਧਾਨ ਮੰਤਰੀ ਤੁਸੀਂ ਚੁਣਨਾ ਹੈ। ਜੇ ਪੰਜਾਬ ਦੇ ਫੈਸਲੇ ਵਾਂਗੂ ਗਲਤ ਫੈਸਲਾ ਹੋ ਗਿਆ, ਕਾਂਗਰਸ ਦਾ ਪ੍ਰਧਾਨ ਮੰਤਰੀ ਬਣ ਗਿਆ, 5 ਸਾਲ ਆਪਾਂ ਪਿੱਛੇ ਜਾਵਾਂਗੇ, 5 ਸਾਲ ਜਿੱਥੇ 50 ਸਾਲ ਆਪਾਂ ਦੇਖ ਲਈ ਕਾਂਗਰਸ, ਹੁਣ ਆਪਾਂ ਫਿਰ ਤੋਂ ਤਜਰਬੇ ਬਾਰ ਬਾਰ ਥੋੜੀ ਗਲਤ ਕਰਦੇ ਹਾਂ। ਤੁਸੀਂ ਦੇਖ ਲਓ, ਜਿੱਥੋਂ ਵੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਉਸ ਇਲਾਕੇ ਦਾ ਮੈਂ ਨਕਸ਼ਾ ਬਦਲ ਦਿੱਤਾ। ਤੁਸੀਂ ਸਾਰੇ ਜਾਣਦੇ ਹੋ ਬਠਿੰਡਾ ਕੀ ਸੀ 5-7 ਸਾਲ ਪਹਿਲੇ, ਹੁਣ ਬਠਿੰਡਾ ਪਛਾਣਿਆ ਜਾਂਦਾ ਜਾਂਦਾ ਕਿ ਨਹੀਂ। ਤੁਸੀਂ ਦੇਖ ਲਓ ਜਲਾਲਾਬਾਦ ਕੀ ਸੀ, ਮੈਨੂੰ ਮੌਕਾ ਦਿੱਤਾ, ਨਕਸ਼ਾ ਬਦਲ ਦਿੱਤਾ। ਮੈਨੂੰ ਜਾਨੀ ਸਾਹਿਬ ਮੇਰੇ ਨਾਲ ਮੰਤਰੀ ਸੀ, ਮੇਰੇ ਨਾਲ ਹੀ ਬਹਿੰਦੇ ਸੀ ਕੈਬਨਿਟ, ਕਹਿੰਦੇ ਯਾਰ ਤੂੰ ਸਾਰਾ ਕੁਝ ਦੱਬੀ ਜਾਂਦਾ ਜਲਾਲਾਬਾਦ, ਮੈਨੂੰ ਵੀ ਦੇ ਦੇ। ਉਹ ਮੈਂ ਕਿਹਾ ਜਾਨੀ ਸਾਹਿਬ ਐਤਕੀ ਮੈਨੂੰ ਚਾਹ ਪੂਰਾ ਕਰ ਲਊਗਾ, ਫਿਰ ਮੈਂ ਫਾਜ਼ਿਲਕਾ ਤੋਂ ਲੜ ਦੂੰਗਾ, ਤੁਸੀਂ ਜਲਾਲਾਬਾਦ ਆ ਜਾਓ। ਪਰ ਹੁਣ ਤੁਹਾਨੂੰ ਚਿੰਤਾ ਕਰਦੀ ਲੋੜ ਨੂੰ, ਤੁਹਾਡੇ ਕੋਲੇ ਜਾਨੀ ਸਾਹਿਬ ਵੀ ਹੈਗਾ, ਹੁਣ ਮੈਂ ਵੀ ਆ ਗਿਆ ਤੁਹਾਡੇ ਕੋਲ। ਨਾ ਫਾਜ਼ਿਲਕਾ ਵਾਲੇ, ਤੁਹਾਨੂੰ ਇੱਕ ਗੱਲ ਦੱਸਦਾ ਮੈਂ, ਸਿੱਧੀ ਗੱਲ, ਸਿੱਧੀ ਦੇਸੀ ਗੱਲ, ਸਰਕਾਰ ਤੁਸੀਂ ਬਣਾ ਦਈਏ 2 ਸਾਲਾਂ ਚ, ਤੇ 2 ਸਾਲਾਂ ਬਾਅਦ 2 ਸਾਲ ਹੋਰ ਮਿਲ ਲਿਓ, ਪਛਾਣ ਨਹੀਂ ਸਕੋਗੇ ਤੁਸੀਂ ਬਾਦਲ ਦਾ। ਇੰਨਾ ਕਪਸੂਲ ਸ਼ਹਿਰ ਬਣਾ ਦਾਂਗੇ, ਬਠਿੰਡਾ ਬਣਾਏਗਾ, ਇੱਥੇ ਬਹੁਤ ਕੁਛ ਕਰਨ ਵਾਲਾ, ਇੱਥੇ ਬਹੁਤ ਵੱਡੇ ਕਾਲਜ ਲਿਆਉਣ ਵਾਲੇ, ਇੱਥੇ ਇੰਡਸਟਰੀ ਲਿਆਉਣ ਵਾਲੀ ਹੈ, ਤੁਹਾਡੇ ਸ਼ਹਿਰ ਦੀ ਚੌੜੀਆਂ, 4 ਲੇਨ ਸੜਕਾਂ, ਸੀਵਰੇਜ, ਪਾਰਕ, ਬਹੁਤ ਚੀਜ਼ਾਂ। ਅੱਛਾ ਜਿਹੜੀ ਜਿਵੇਂ ਫੜਦਾ, ਫਿਰ ਮੈਂ ਪੂਰੀ ਮੁਕੰਮਲ ਕਰ ਦਿੰਦਾ ਹੁੰਦਾ, ਮੈਂ ਵਿੱਚ ਚੀਜ਼ ਛੱਡਦਾ ਹੀ ਨਹੀਂ ਹੁੰਦਾ। ਤੁਸੀਂ ਫਾਜ਼ਿਲਕਾ ਮੈਨੂੰ ਦੇ ਦਿਓ, 2 ਸਾਲ ਬਾਅਦ ਤੁਸੀਂ ਮੈਥੋਂ ਲੈ ਲਿਓ, ਇਹ ਨਵਾਂ ਐਂ ਲੱਗੂਗਾ ਜਿਵੇਂ ਕੋਈ ਨਵੀਂ ਗੱਡੀ ਸ਼ੋਰੂਮ ਤੋਂ ਕਢਾ ਕੇ ਲਿਆ। ਆ ਮੇਰਾ ਵਚਨ ਹੈ ਤੁਹਾਡੇ ਨਾਲ, ਬਾਅਦ ਮੈਂ ਗੱਲ ਦੱਸਾਂ। ਮੈਂ ਅੱਜ ਤੱਕ ਕੁਛ ਅਜਿਹੀ ਗੱਲ ਨਹੀਂ ਕਹੀ ਜਿਹੜੀ ਮੈਂ ਨਹੀਂ ਕਰ ਸਕਦਾ, ਕੋਈ ਅਜਿਹੀ ਗੱਲ ਨਹੀਂ ਕਹੀ, ਕਿਉਂਕਿ ਸਰਕਾਰਾਂ ਕੋਲੇ ਖਜ਼ਾਨੇ ਦਾ ਕਮੀ ਨਹੀਂ ਹੁੰਦੀ। ਲੀਡਰ ਦੀ ਜੇ ਸੋਚ ਚੰਗੀ ਹੈ, ਪੈਸਾ ਵਾਧੂ ਆ ਜਾਂਦਾ ਹੈ। ਜੇ ਨੀਅਤ ਹੀ ਖਾਲੀ ਹੈ, ਤਾਂ ਫਿਰ ਉਹਨੇ ਕੰਮ ਕੀ ਕਰਨਾ ਹੈ? ਜੇ ਕਾਂਗਰਸੀ ਨੇ ਡੱਕਾ ਤੋੜਨਾ ਨਹੀਂ, ਕੰਮ ਕਰਨਾ ਨਹੀਂ, ਉਹਨਾਂ ਵਾਸਤੇ ਸਾਰਾ ਕੁਝ ਖਾਲੀ ਹੈ। ਜੇ ਕੰਮ ਕਰਨਾ ਤਾਂ ਪੈਸਾ ਵਾਧੂ ਹੈ। ਇਸ ਕਰਕੇ ਆਹ ਇਲੈਕਸ਼ਨ ਤੁਹਾਡੇ ਹੱਥ ਹੈ, ਕਿਸਮਤ ਵੀ ਤੁਸੀਂ ਬਣਾ ਸਕਦੇ ਹੋ ਇਲਾਕੇ ਦੀ। ਤੁਹਾਨੂੰ ਪਹਿਲੀ ਵਾਰ ਮੌਕਾ ਮਿਲਿਆ, ਮੈਨੂੰ ਵੀ ਪਹਿਲੀ ਵਾਰ ਮੌਕਾ ਮਿਲਿਆ, ਤੁਹਾਡੀ ਸੇਵਾ ਕਰਨ ਤੋਂ। ਹੁਣ ਮੈਂ ਪੂਰੀ ਜ਼ਿੰਦਗੀ, ਇੱਕ ਵਾਰ ਮੇਰੀ ਆਦਤ ਹੈ, ਇੱਕ ਵਾਰ ਬਾਹਰ ਫੜਨਾ, ਫਿਰ ਮੈਂ ਪੱਕਾ ਹੀ ਫੜੀ ਰੱਖਦਾ। ਭਾਵੇਂ ਤੁਸੀਂ ਭੱਜਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਛੱਡਦਾ ਨਹੀਂ। ਤੁਸੀਂ ਇੱਕ ਗੱਲ ਦੇਖ ਲਿਓ, ਬਹੁਤ ਜ਼ਿਆਦਾ ਤਬਦੀਲੀ ਆਊਗੀ ਇਸ ਇਲਾਕੇ 'ਚ, ਬਹੁਤ ਜ਼ਿਆਦਾ ਤਬਦੀਲੀ ਆਊਗੀ, ਕਿਉਂਕਿ ਹੁਣ ਇਸ ਇਲਾਕੇ ਨੂੰ ਹੁਣ ਮੈਂ ਰਿਪ੍ਰੈਜ਼ੈਂਟ ਕਰ ਰਿਹਾ। ਤੁਹਾਨੂੰ
ਲੋੜ ਨਹੀਂ, ਨਾ ਕੋਈ ਅਫਸਰ ਤੰਗ ਕਰੇ, ਨਾ ਤੁਹਾਨੂੰ ਕੋਈ ਹੋਰ ਕਰ ਕਰੇ। ਤੁਹਾਨੂੰ ਕੋਈ ਸਮੱਸਿਆ ਹੋਏ ਸਿੱਧਾ, ਮੇਰਾ ਇੱਥੇ ਪੱਕਾ ਦਫ਼ਤਰ ਪਹਿਲੇ ਵੀ ਖੋਲਿਆ, ਮੇਰਾ ਇੱਥੇ ਕਾਫੀ ਦੇਰ ਦਾ ਅਕਾਲੀ ਦਲ ਦਾ ਦਫ਼ਤਰ, ਮੇਰੇ ਬੰਦੇ ਪੀਏ ਸੈਕਟਰੀ ਇੱਥੇ ਹੁੰਦੇ ਆ, ਅਸੀਂ ਮੈਂ ਹੋਰ ਅਪਗ੍ਰੇਡ ਕਰ ਦੂੰਗਾ ਇੱਥੇ ਪੱਕੇ, ਮੈਂ ਵੀ ਇੱਥੇ ਹੁੰਦਾ ਰਹਿੰਦਾ, ਪਰ ਮੈਂ ਇੱਥੇ ਸਿਸਟਮ ਮੰਨੂੰਗਾ ਕਿ ਤੁਹਾਨੂੰ ਕੋਈ ਵੀ ਕੰਮ ਹੋਏ ਇੱਥੇ ਜਾਂ ਪਿੰਡ, ਮੇਰੇ ਕੋਲ ਹੁਣ ਵੀ ਲੋਕ ਬਹੁਤ ਮੇਰੇ ਕੋਲ ਪਿੰਡ ਆ ਜਾਂਦੇ ਜਾਂ ਦਿੱਲੀ ਆ ਜਾਂਦੇ ਜਾਂ ਚੰਡੀਗੜ੍ਹ ਆ ਜਾਂਦੇ ਆ, ਉਹਨੂੰ ਸਾਰਿਆਂ ਨੂੰ ਪਤਾ ਹੈ। ਜਲਾਲਾਬਾਦ ਵਾਲੇ ਨੇ ਮੱਲਾ ਦਾ ਜ਼ਿੰਦਗੀ ਚ ਮੱਲਾ ਦਾ, ਉਹ ਮੱਲਾ ਦਾ ਰੋਡ ਵੀ ਟੱਪੇ ਸੀ, ਹੁਣ ਦਿੱਲੀ 5 ਮਿੰਟਾਂ ਦਿੱਲੀ ਪਹੁੰਚ ਜਾਂਦੇ, ਉਹਦੇ ਮਿੰਟ ਚ ਕੰਮ ਕਰਾ ਗਿਆ। ਮੈਂ ਕਿਹਾ ਲੱਭ ਵੀ ਲੈਣਾ ਕੋਟੀ, ਕਹਿੰਦਾ ਲੱਭ ਲਿਆ, ਹੁਣ ਕੰਮ ਕਰਾ ਕੇ ਜਲਾਲਾਬਾਦ ਵਾਲੇ ਸਿੱਧੇ ਦਿੱਲੀ ਪਹੁੰਚ ਜਾਂਦੇ ਆ, ਕਿਤੇ ਚੰਡੀਗੜ੍ਹ ਪਹੁੰਚ ਜਾਂਦੇ ਆ, ਮਿੰਟਾਂ ਚ ਕੰਮ ਕਰਾ ਕੇ ਸਾਰਾ, ਕਿਉਂਕਿ ਸੀ ਅਸੀਂ ਪੂਰੀ ਜ਼ਿੰਦਗੀ ਆਹੀ ਕੰਮ ਕਰਨਾ। ਬਾਦਲ ਸਾਹਿਬ ਮੈਨੂੰ ਕਹਿੰਦੇ ਜ਼ਿੰਦਗੀ ਚ, ਕਹਿੰਦਾ ਜਿਹੜਾ ਸਿਆਸਤਦਾਨ ਹੁੰਦਾ ਹੈ ਉਹ ਮੰਗਦਾ ਹੈ, ਉਹਨੇ ਮੰਗਣਾ ਹੀ ਮੰਗਣਾ ਹੈ। ਸੋ ਆਪਣੇ ਦਿਮਾਗ ਚੋਂ ਕੱਢ ਕੇ ਕਿ ਮੈਂ ਲੀਡਰ ਹੈ, ਉਹਨੇ ਤਾਂ ਸੇਵਾ ਕਰਨੀ, ਜਿਹੜਾ ਸਿਆਸਤਦਾਨ ਲੀਡਰ ਆਪਣੇ ਆਪ ਨੂੰ ਲੀਡਰ ਸਮਝੂਗਾ ਖਤਮ ਹੋ ਜਾਊਗਾ, ਜਿਹੜਾ ਆਪਣੇ ਆਪ ਨੂੰ ਸੇਵਾਦਾਰ ਸਮਝੂਗਾ ਉਹ ਕਾਇਮ ਹੋਊਗਾ, ਤਾਂ ਉਹ 5 ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ, ਤਾਂ ਉਹ 5 ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਹੈ। ਹੁਣ ਵੀ 92 ਸਾਲ ਉਮਰ ਹੈ, 92 ਸਾਲ, ਹੁਣ ਵੀ ਸਵੇਰੇ ਪਿੰਡਾਂ ਚ ਹੁੰਦੇ ਆ, ਸ਼ਹਿਰਾਂ ਚ ਹੁੰਦੇ ਆ, ਮੰਡੀ ਚ ਹੁੰਦੇ ਆ, ਤੇ ਇਧਰਲੇ ਪਾਸੇ ਕਾਂਗਰਸ ਦਾ ਮੁੱਖ ਮੰਤਰੀ ਹੈ, ਟਾਈਮ ਕਿਉਂ ਲਿਆ, ਦਾਰੂ ਚਲ ਪੀ ਹੋਣੀ ਕਿਵੇਂ, ਕੈਪਟਨ ਨੇ ਦਾਰੂ ਖੋਲ ਲਈ ਹੋਣੀ, ਆਰਾਮ ਪਾਸ ਕੋਈ, ਹੁਣ ਕੈਪਟਨ ਨੂੰ ਕੋਈ ਫਿਕਰ ਨਹੀਂ, ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਤੁਹਾਨੂੰ ਤਕਲੀਫ ਹੈ, ਮੀਂਹ ਪੈ ਗਿਆ, ਹਨੇਰੀ ਆ ਗਈ, ਕੋਈ ਫਿਕਰ ਨਹੀਂ, ਇਹਨੂੰ ਥੋੜੀ ਕਣਕ ਚੱਕੀ ਗਈ ਨਹੀਂ ਚੱਕੀ ਗਈ ਉਹਨੂੰ ਕੋਈ ਫਿਕਰ ਨਹੀਂ। ਉਹ ਇਹ ਜਿਹਾ ਨਿਕੰਮਾ ਮੁੱਖ ਮੰਤਰੀ, ਇਹ ਜਿਹਾ ਨਿਖੇਧ ਮੁੱਖ ਮੰਤਰੀ ਮਤਲਬ ਅੱਜ ਤੱਕ ਪੰਜਾਬ ਨੂੰ ਮਿਲਿਆ। ਚਲੋ ਹੁਣ ਜੇ ਹੋ ਗਿਆ ਹੋ ਗਿਆ, ਆਪਾਂ ਕੋਈ ਕਰ ਤਾਂ ਸਕਦੇ ਨਹੀਂ, ਪਰ ਇੱਕ ਗੱਲ ਕਰ ਸਕਦੇ ਹਾਂ, 13 ਦੀਆਂ 13 ਸੀਟਾਂ ਜਿਤਾ ਦਿਓ ਤੇ ਮੈਂ ਕਹਿੰਦਾ ਹੁਣ ਜਿੱਤ ਵੀ ਜਾਂਦੀ ਹੈ, ਜੇ ਮਾਹੌਲ ਪੂਰੇ ਪੰਜਾਬ ਦਾ ਕੈਪਟਨ ਨਹੀਂ ਰਹਿੰਦਾ ਮੁੱਖ ਮੰਤਰੀ, ਮੈਂ ਤੁਹਾਨੂੰ ਇੰਨਾ ਦੱਸ ਤੇ ਹੋਰ ਵੀ ਗੱਲ ਕਰ, 13 ਦੀਆਂ 13 ਜਿਤਾ ਦਿਓ, ਤੁਹਾਡਾ ਰਾਜ ਕਈ ਤੀਕ ਨੂੰ ਚੱਲੂਗਾ, ਕਿਸੇ ਦੀ ਹਿੰਮਤ ਨਹੀਂ ਹੋਊਗੀ, ਤੁਹਾਡਾ ਕੋਈ ਪੰਗਾ ਲੈ ਲਿਆ ਕੋਈ ਹੋਣਾ, ਕੋਈ ਤਕਲੀਫ ਹੋਏ ਤੁਹਾਡੀ ਸੇਵਾ ਜਾਂਦਰ ਹੈ। ਇੰਨੀ ਬੇਨਤੀ ਕਰਦਾ, ਇੱਕ ਪਾਸੇ ਲੱਗ ਜਾਓ ਵੋਟਾਂ ਪਾਉਣੀ, ਇੱਕ ਪਾਸੇ ਖਾਬੇ ਦੀ, ਇਲਾਕੇ ਦੀ ਤਰੱਕੀ ਡਿਪੈਂਡ ਕਰਦੀ ਹੈ, ਇਸ ਇਲਾਕੇ ਦਾ ਭਵਿੱਖ ਡਿਪੈਂਡ ਕਰਦਾ। ਤੁਸੀਂ ਜਿੰਨਾ ਮੈਂ ਕਹਿੰਦਾ ਗੁੜ ਪਾ ਦਿਓ, ਉਹਦਾ 5-6 ਗੁਣਾ ਵੱਧ ਮੈਂ ਕਰਕੇ ਦੂੰਗਾ ਤੁਹਾਡੀ ਸੇਵਾ, ਮੈਂ ਤੁਹਾਨੂੰ ਇੰਨਾ ਕਹਿੰਦਾ, ਤੁਸੀਂ ਇਕੱਲਾ 20-20 ਦਿਨ ਮਿਹਨਤ ਕਰਨੀ ਹੈ, ਪੂਰੀ ਜ਼ਿੰਦਗੀ ਮੈਂ ਤੁਹਾਡੇ ਇਲਾਕੇ ਦੀ ਮਿਹਨਤ ਕਰਨੀ ਹੈ। ਆਹ ਫਰਕ ਹੈ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਇਓ, ਆਹ ਜ਼ਿੰਮੇਵਾਰੀ, ਆਹ ਜ਼ਿੰਮੇਵਾਰੀ ਤੁਹਾਡੀ ਹੈ, ਆਹ ਜ਼ਿੰਮੇਵਾਰੀ ਤੁਹਾਡੀ ਹੈ, ਕਿਉਂਕਿ ਮੈਂ ਪੂਰੇ ਪੰਜਾਬ ਦਾ ਇਲੈਕਸ਼ਨ ਲੜਨਾ ਹੈ। ਮੈਂ ਹੁਣ ਵਾਰਡ ਵਾਰਡ ਜਾਂ ਘਰ ਘਰ ਮੈਥੋਂ ਨਹੀਂ ਆਇਆ ਜਾਣਾ, ਕਿਉਂਕਿ ਮੈਂ ਲੁਧਿਆਣਾ ਜਲੰਧਰ ਸਾਰੇ ਇਲੈਕਸ਼ਨ ਲੜਨੇ ਆ, 20 ਦਿਨ ਹੈ, ਆਹ ਜੰਗ ਤੁਸੀਂ ਲੜਨੀ ਹੈ ਤੇ ਤੁਸੀਂ ਜਿੱਤਣੀ ਹੈ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ।